IES ਓਵਰਸੀਜ਼ ਦੋਰਾਹਾ ਤੋਂ ਵਧੇਰੀ ਜਾਣਕਾਰੀ ਲੈਣ ਲਈ ਸੰਪਰਕ ਕਰੋ 9613000071 ਅਤੇ 9613000072। ਦੇਖੋ ਜੀ, ਆਹ ਸਾਲ ਤਾਂ ਵੈਸੇ 3-4 ਮਹੀਨੇ ਜਿਹੜੇ ਸੀਗੇ ਲੋਕਡਾਊਨ 'ਚ ਨਿਕਲ ਗਏ, ਬਟ ਆਲਮੋਸਟ ਸਾਰਾ ਕੁਛ ਹੁਣ ਸਟਾਰਟ ਹੋ ਚੁੱਕਿਆ। ਜਿਹੜਾ ਕੈਨੇਡਾ ਦਾ ਸੀਗਾ, ਜਿਹੜੀਆਂ ਮਈ ਤੋਂ ਮਾਰਚ ਤੋਂ ਸੋਰੀ ਪਹਿਲਾਂ ਦੀਆਂ ਫਾਈਲਾਂ ਸੀਗੀਆਂ, ਉਹਨਾਂ ਨੂੰ ਇੱਕ ਨਵਾਂ ਪ੍ਰੋਗਰਾਮ ਲਾਂਚ ਕਰਤਾ ਸੀਗਾ ਕੈਨੇਡਾ ਨੇ, AIP ਅਪਰੂਵਲ ਇਨ ਪ੍ਰਿੰਸੀਪਲ, ਅਤੇ ਉਹਦੇ 'ਚ ਬੱਚਾ ਇੰਡੀਆ ਤੋਂ ਬੈਠ ਕੇ ਹੀ ਆਨਲਾਈਨ ਸਟੱਡੀ ਕਰ ਸਕਦਾ। ਅਤੇ ਉਹਦੇ ਨਾਲ ਨਾਲ ਜਿਹੜੇ ਹੁਣ ਜਿਸ ਤਰੀਕੇ ਨਾਲ ਰਿਲੈਕਸੇਸ਼ਨ ਹੋ ਗਈ, UK ਨੇ ਵੀ ਜਿਹੜਾ ਹੈਗਾ ਆਪਣੇ ਸਾਰਾ ਕਾਫੀ ਰਾਇਤਾਂ ਦੇ ਨਾਲ ਜਿਹੜੀਆਂ ਚੀਜ਼ਾਂ ਖੁੱਲੀਆਂ, ਕਿਉਂਕਿ ਐਪੀਡੈਮਿਕਸ ਨੂੰ ਸਾਰੇ ਸਮਝ ਰਹੇ ਸੀ ਉਸ ਬਾਰੇ ਕੀ ਹੁੰਦਾ। ਹਾਂਜੀ, UK ਨੇ ਵੀ ਆਲਮੋਸਟ ਸਾਰੀਆਂ ਆਪਣੀਆਂ ਫਲਾਈਟਾਂ ਵੀ ਸਟਾਰਟ ਕਰ ਦਿੱਤੀਆਂ ਅਤੇ ਵੀਜ਼ਾ ਦੇਣਾ ਵੀ ਸਟਾਰਟ ਕਰ ਦਿੱਤਾ। UK ਨੇ ਤਾਂ ਵਿਜ਼ਟਰ ਵੀਜ਼ਾ ਵੀ ਸਟਾਰਟ ਕਰ ਦਿੱਤਾ, ਟੂਰਿਸਟ ਵੀਜ਼ਾ ਵੀ, ਅਤੇ ਆਲਮੋਸਟ ਆਸਟ੍ਰੇਲੀਆ ਵੀ ਰੈਡੀ ਹੋ ਗਿਆ, ਫਿਰ ਤੋਂ ਆਪਣਾ ਪ੍ਰੋਗਰਾਮ ਜਿਹੜੇ ਵੀਜ਼ਾ ਦੇਣੇ ਸਟਾਰਟ ਕਰ ਦਿੱਤੇ ਨੇ, ਸਟੂਡੈਂਟ ਵੀਜ਼ਾ ਤਾਂ ਸਾਰੇ ਸਟਾਰਟ ਹੋ ਗਏ। ਜੀ, ਤੁਹਾਡੀ ਕੀ ਫੀਲਿੰਗ ਸਟੈਂਟ ਹੈ ਜਿਹਦੇ ਕਰਕੇ ਤੁਸੀਂ ਅੱਜ, ਮੇਰਾ ਖਿਆਲ ਹੈ ਕਿ ਤੁਹਾਡੀ ਇੱਕ ਪਿਛਲੇ 2012 ਤੋਂ ਲਾ ਕੇ ਜਿਹੜੀ ਚੇਨ ਬਣ ਚੁੱਕੀ ਹੈ ਕਿ ਬਹੁਤ ਸਾਰੇ ਸਟੂਡੈਂਟ ਬਾਹਰ ਜਾ ਚੁੱਕੇ ਨੇ ਤੁਹਾਡੇ ਨਾਲ ਅਟੈਚ ਹੋ ਕੇ, ਪਰ ਉਹ ਤੁਹਾਡੀ ਪੋਜ਼ਿਟਿਵ ਫੋਰਸ ਬਣ ਕੇ ਅਟੈਚ ਹੁੰਦੇ ਨੇ। ਇਹ ਨਹੀਂ ਹੈ ਕਿ ਬੱਚਾ ਇੱਕ ਤਰੀਕੇ ਤੋਂ ਭੇਜਤਾ ਦੇ ਜਹਾਜ਼ ਚਲਾ ਗਿਆ ਅਤੇ ਉੱਥੇ ਜਾ ਕੇ ਉਹਨੂੰ ਹਰ ਤਰ੍ਹਾਂ ਦੇ ਨਾਲ ਉੱਥੇ ਜਾ ਕੇ ਵੀ ਤੁਸੀਂ ਤੁਹਾਡੇ ਜਿਹੜੇ ਨਾਲ ਅਟੈਚ ਹੈ, ਜਿਹੜੇ ਤੁਹਾਡੇ ਗਰੁੱਪਸ ਬਣੇ ਹੋਏ ਨੇ, ਉਹ ਉੱਥੇ ਜਾ ਕੇ ਵੀ ਉਹਨੂੰ ਹੈਂਡਲ ਕਰਦੇ, ਕੀ ਕਹਿੰਦੇ ਹੋ? ਹਾਂਜੀ ਬਿਲਕੁਲ, ਕਿਉਂਕਿ ਮੈਂ ਬੱਚੇ ਨੂੰ ਐਜ਼ ਏ ਏਜੰਟ ਨਹੀਂ ਟ੍ਰੀਟ ਕਰਦਾ ਹੈਗਾ, ਮੈਂ ਉਹਦੀ ਫੈਮਿਲੀ ਦਾ ਮੈਂਬਰ ਬਣ ਕੇ ਉਹਨੂੰ ਆਪਣਾ, ਜੇ ਮੇਰੇ ਤੋਂ ਛੋਟਾ ਹੁੰਦਾ ਜਿੱਦਾਂ ਵੀ ਵੱਡਾ ਹੁੰਦਾ, ਮੈਂ ਉਹਨੂੰ ਉੱਦਾਂ ਹੀ ਟ੍ਰੀਟ ਕਰਦਾ, ਉਹਨੂੰ ਉੱਦਾਂ ਹੀ ਗਾਈਡ ਕਰਦਾ ਕਿ ਜੋ ਉਹਦੇ ਲਈ ਬੈਸਟ ਹੁੰਦਾ। ਕਿਉਂਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇੰਨੇ ਏਜੰਟ ਫੇਕ ਆ ਗਏ ਨੇ, ਇੰਨੀਆਂ ਠੱਗੀਆਂ ਲੱਗਦੀਆਂ ਨੇ। ਮੇਰਾ ਮੇਨ ਇਹੀ ਹੈ ਕਿ ਤੁਸੀਂ ਬੱਚੇ ਦਾ ਸਾਰਾ ਵੀਜ਼ਾ ਕਰਾਓ, ਕੰਮ ਕਰਾਓ, ਅਤੇ ਉਹਦੇ ਤੋਂ ਬਾਅਦ ਆਪਣੇ ਜੋ ਪੈਸੇ ਹੈਗੇ ਚਾਰਜ ਕਰਦੇ, ਜੋ ਤੁਹਾਡੀ ਫੀਸ ਹੁੰਦੀ ਆ ਉਹ ਤੁਸੀਂ ਬਾਅਦ 'ਚ ਲਓ, ਤਾਂ ਉਹਦਾ ਬੱਚੇ ਵੀ ਕੁਛ, ਉਹਨਾਂ ਦੇ ਪੇਰੈਂਟਸ ਵੀ ਕੁਛ, ਅਤੇ ਸਾਡੇ 'ਚ ਵੀ ਕੋਈ ਗੱਲ ਨਹੀਂ ਆਉਂਦੀ। ਹਾਂਜੀ, ਮੈਂ ਤੁਸੀਂ ਕਿ ਸਾਰੀ ਜਿਹੜੀ ਫੀਸ ਹੈਗੀ ਆ, ਜਿਸ ਤਰ੍ਹਾਂ ਆਪਾਂ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਸਾਰੀ ਫੀਸ ਜਿਹੜੀ ਹੈਗੀ ਆ ਵੀਜ਼ਾ ਲੱਗਣ ਤੋਂ ਬਾਅਦ? ਹਾਂਜੀ ਬਿਲਕੁਲ, ਸਾਰੀ ਫੀਸ ਵੀਜ਼ਾ ਲੱਗਣ ਤੋਂ, ਈਵਨ ਅੰਬੈਸੀ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਪਹਿਲਾਂ ਕੋਈ ਜਾ ਰਹੀ। ਸਰ, ਤੁਹਾਨੂੰ ਦੱਸੋ ਕਿ ਕਿਵੇਂ ਤੁਹਾਡੀ ਪੁਆਇੰਟ ਆਫ ਵਿਊ ਕਿਵੇਂ ਆ, ਕੀ ਫਾਈਲਸ ਤੁਸੀਂ ਆਪ ਖੁਦ ਡਾਕੂਮੈਂਟੇਸ਼ਨ ਦੇ ਉੱਤੇ ਖਰੇ ਉੱਤਰ ਦੇ ਵਿੱਚ ਬੈਠ ਸਕਦਾ ਤਜਰਬਾ ਤੁਹਾਨੂੰ ਇਹ ਬੋਲ ਰਿਹਾ ਜਾਂ ਬਾਹਰ ਦੇ ਤੁਹਾਨੂੰ ਰੂਲਸ ਵਗੈਰਾ, ਸਭ ਤੋਂ ਪਹਿਲਾਂ ਤੁਸੀਂ ਮਤਲਬ ਜਿਹੜਾ ਹੈਗਾ ਹਰ ਚੀਜ਼ ਨੂੰ ਅਪਡੇਟ ਕਰ ਲੈਂਦੇ? ਜੀ ਬਿਲਕੁਲ, ਕਿਉਂਕਿ ਜਿਹੜੀਆਂ ਫਾਈਲਸ ਵਗੈਰਾ ਹੁੰਦੀਆਂ ਨੇ ਸਟਾਫ ਮੇਰਾ ਦੇਖਦਾ, ਬਟ ਐਂਡ ਤੇ ਜਦੋਂ ਫਾਈਲ ਲੌਂਚ ਕਰਨੀ ਹੁੰਦੀ ਹੈ, ਐਪਲੀਕੇਸ਼ਨ ਲੌਂਚ ਹੁੰਦੀ ਆ, ਮੈਂ ਖੁਦ ਬੈਠ ਕੇ ਕਰਦਾ, ਕਿਉਂਕਿ ਉਹਦੇ ਵਿੱਚ ਜਿਹੜੀਆਂ ਬਰੀਕੀਆਂ ਦੀਆਂ ਗੱਲਾਂ ਹੁੰਦੀਆਂ, ਕੋਈ ਕੋਈ ਸਪੈਲਿੰਗ ਮਿਸਟੇਕ, ਕੋਈ ਕੁਛ ਕੁਛ ਵੀ SOP ਦੇਖਣੀ ਹੁੰਦੀ ਆ, ਉਹ ਸਾਰੀਆਂ ਮੈਂ ਫਾਈਲ ਆਪ ਲੌਂਚ ਕਰਦਾ। ਅਗਰ ਨਜ਼ਦੀਕ ਗੱਲ ਕਰੀਏ IELTS ਦੀ, ਤੇ ਕੀ ਕਹਿਣਾ ਚਾਹੁੰਦੇ ਕਿ ਅੱਜ ਕਈ ਇਹੋ ਜਿਹੇ ਪ੍ਰੋਗਰਾਮ ਵੀ ਆ ਜਿਹੜੇ ਬਿਨਾਂ IELTS ਤੋਂ ਹੀ ਬਾਹਰ ਜਾ ਸਕਦੇ ਨੇ, ਉਹਦੇ ਬਾਰੇ ਸਾਨੂੰ ਸਾਰੇ ਦਰਸ਼ਕਾਂ ਨੂੰ ਸਹੀ ਚਾਨਣਾ ਦਿਓ। ਫਿਲਹਾਲ ਦੇ ਵਿੱਚ ਤਾਂ ਜੀ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ, ਕਿਉਂ ਪਤਾ ਨਹੀਂ ਕਿਹੜੇ ਕਾਲਜ ਨੇ, ਕਿਹੜੇ ਏਜੰਟ ਨੇ ਜਿਹੜੀਆਂ ਇੱਦਾਂ ਦੀਆਂ ਅਫਵਾਹਾਂ ਫੈਲਾਉਂਦੇ ਨੇ। ਜੋ ਬੈਸਟ ਹੈਗਾ ਉਹ ਜੋ ਕੈਨੇਡਾ ਲੈ ਰਿਹਾ ਉਹ 6C 'ਚ ਲੈ ਰਿਹਾ, ਇੱਕ ਮੋਡਿਊਲ ਦੇ ਵਿੱਚੋਂ 5.5 ਲੈ ਰਿਹਾ, ਅਤੇ ਆਸਟ੍ਰੇਲੀਆ ਵੀ ਓਵਰਆਲ 6.5 ਲੈ ਰਿਹਾ, ਅਤੇ UK 5.5 'ਤੇ ਦੇ ਰਿਹਾ। ਜੇ ਈਵਨ ਉਹ CBSE ਬੋਰਡ ਆ ਤਾਂ ਵੀ ਆਪਣਾ 60% ਵੱਧ ਨੰਬਰ ਨੇ ਤਾਂ ਲੈ ਰਿਹਾ, ਅਤੇ ਇੱਦਾਂ ਦਾ ਕੁਛ ਨਹੀਂ ਹੈਗਾ ਵੀ ਕੋਈ ਡਾਊਟ ਹੈ ਇਸ ਪ੍ਰੋਗਰਾਮ ਹੈਗੇ ਨੇ ਕੈਨੇਡਾ ਜਾਣ ਲਈ ਆਸਟ੍ਰੇਲੀਆ ਜਾਣ ਲਈ, ਇੱਧਰ ਕੁਛ ਨਹੀਂ। ਜਿਹੜਾ ਬੈਸਟ ਹੈਗਾ ਉਹ IELTS ਕਰਕੇ ਹੀ ਹੈਗਾ, ਬੱਚੇ ਨੂੰ IELTS ਕਰਕੇ ਹੀ ਜਾਣਾ ਚਾਹੀਦਾ। ਸਰ, ਤੁਸੀਂ ਵੀ ਇਸ IELTS ਜਿਹੜਾ ਓਵਰਸੀਜ਼ ਹੈਗਾ ਇੱਥੇ ਆਉਣ ਵਾਲੇ ਸਮੇਂ ਤੁਹਾਡਾ ਮਾਈਂਡ ਵੀ ਹੈਗਾ ਕਿ ਨਾਲ ਦੇ ਨਾਲ IELTS ਦੀਆਂ ਕਲਾਸਾਂ ਵੀ, ਕਿਉਂਕਿ IELTS ਜਦੋਂ ਸਟੂਡੈਂਟ ਫੋਲੋ ਕਰਦਾ ਤੇ ਉਹ ਸਟੂਡੈਂਟ ਜਿਹੜਾ ਹੈਗਾ ਉਹ ਉਹਨੂੰ ਮਤਲਬ ਥੋੜ੍ਹਾ ਜਿਹਾ ਲੱਭਣਾ ਮਿਲਦਾ,
ਤੇ ਜਿਵੇਂ ਕਿ ਤੁਸੀਂ ਆਪਣੀ ਇੱਕ ਵੱਡੀ ਚੇਨ ਬਣਾਈ ਆ ਵਾਲੇ ਸਮਝਾ ਪਾਣੀ ਤੁਹਾਡੇ। ਹਾਂਜੀ ਬਿਲਕੁਲ ਹੈ, ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਮੈਂ ਅਨਾਊਂਸ ਕਰਨ ਜਾ ਰਿਹਾ ਆਪਣਾ ਇੰਸਟੀਟਿਊਟ ਹਰ ਸਕੂਲ ਪੀਟੀ ਵੀ, ਅਸੀਂ ਸਾਰਾ ਇੱਥੇ ਬੱਚੇ ਨੂੰ ਸਾਰਾ ਕਾਇਆ ਕਰਾਂਗੇ। ਤੇ ਮਤਲਬ ਉਹੀ ਬੱਚੇ ਜਿਹੜੇ ਹੈਗੇ ਫਿਰ ਉਹਨਾਂ ਦੇ ਲਈ ਇੱਕ ਨੈਟਵਰਕ ਇੱਕ ਛੱਤ ਦੇ ਥੱਲੇ ਨਾਲੇ ਆਈਲੈਟਸ ਹੋ ਜਾਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀਜ਼ਾ ਤਾਂ ਉਹਨਾਂ ਦੇ ਘਰ ਫੈਮਿਲੀ ਮੈਂਬਰਾਂ ਨੇ ਵੀ ਜਿਹਨਾਂ ਨੇ ਜਿਸ ਵੀਜ਼ਾ ਲੱਗੇ ਜਾਣਾ ਸਾਰਾ ਮਤਲਬ ਇੱਕ ਚੇਨ ਬਣ ਜੂ। ਬਿਲਕੁਲ ਜੀ ਬਿਲਕੁਲ, ਇੱਕੋ ਹੀ ਚੇਨ ਬਣ ਜੂਗੀ ਇੱਕੋ, ਮੈਨੂੰ ਨਹੀਂ ਲੱਗਦਾ ਵੀ ਇੱਕ ਜਗ੍ਹਾ ਤੋਂ ਉਹਨਾਂ ਨੂੰ ਦੂਜੀ ਜਗ੍ਹਾ ਜਾਣਾ ਪਊਗਾ। ਸਰ ਕੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਬੜਾ ਇਹ ਜਦੋਂ ਇਮੀਗ੍ਰੇਸ਼ਨ ਦਾ ਨਾਮ ਆਉਂਦਾ ਤਾਂ ਡਰ ਜਿਹਾ ਲੱਗਦਾ ਬੰਦੇ ਦੇ ਮਨ ਨੂੰ, ਪਤਾ ਨਹੀਂ ਯਾਰ ਵੀ ਇਹ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਾ ਹੋਵੇ, ਲੇਕਿਨ ਸਾਰੀਆਂ ਚੀਜ਼ਾਂ ਜਿਹੜੀਆਂ ਐਸੀਆਂ ਨੇ ਹੁੰਦੀਆਂ ਜਿਸ ਤਰੀਕੇ ਨਾਲ ਤੁਸੀਂ ਆਪਣੀ ਫੋਟੋ ਲਗਾ ਕੇ ਆਪਣਾ ਕੰਮ ਕਰ ਰਹੇ ਹੋ ਪਿਛਲੇ ਲੰਬੇ ਸਮੇਂ ਤੋਂ, ਬਾਰਾਂ ਤੋਂ ਤੁਸੀਂ ਮਾਰਕੀਟ ਦੇ ਵਿੱਚ ਆਏ ਹੋ ਔਰ ਅੱਜ ਵੀ ਤੁਸੀਂ ਖੁਦ ਮਿਲਦੇ ਹੋ, ਇਹ ਨਹੀਂ ਆ ਵੀ ਤੁਸੀਂ ਆਪਣੇ ਮਿਲਣ ਦੇ ਲਈ ਆਉਣਾ ਚਾਹੁੰਦੇ। ਮੈਂ ਦੇਖ ਰਿਹਾ ਸੀਗਾ ਕਿ ਪਹਿਲਾਂ ਵੀ ਲੋਕ ਜਿਹੜੇ ਹੈਗੇ ਆ ਕਾਫੀ ਦੇਰ ਤੋਂ ਤੁਹਾਡੇ ਨਾਲ ਜਿਹੜੇ ਅਟੈਚ ਹੋ ਕੇ ਲੋਕ ਜਿਹੜੇ ਆ ਤੁਹਾਨੂੰ ਮਿਲਣ ਆ ਰਹੇ ਆ, ਸਿੰਪਲੀ ਸਿਸਟੀ ਨਾਲ ਤੁਸੀਂ ਉਹਨਾਂ ਨੂੰ ਮਿਲ ਰਹੇ ਹੋ, ਇਹ ਨਹੀਂ ਹੈ ਵੀ ਉਹ ਬਾਹਰਲੇ ਸਟਾਫ ਨਹੀਂ ਮਿਲਣਾ ਹੁੰਦਾ, ਤੁਸੀਂ ਖੁਦ ਉਹਨਾਂ ਨੂੰ ਮਿਲਦੇ ਹੋ, ਉਹਨਾਂ ਨੂੰ ਕਾਉਂਸਲਿੰਗ ਕਰਦੇ ਹੋ, ਗੱਲਬਾਤ ਕਰਦੇ। ਬਿਲਕੁਲ ਜੀ, ਇਹ ਚੀਜ਼ ਦਾ ਬੈਨੀਫਿਟ ਮਿਲਦਾ ਕਿਉਂਕਿ ਜਿੱਦਾਂ ਦਾ ਕਲਾਇੰਟ ਹੁੰਦਾ ਉਹਨੂੰ ਆਪ ਹੀ ਮਿਲਣਾ ਚਾਹੀਦਾ, ਉਹਨੂੰ ਪਤਾ ਲੱਗਦਾ ਰਹਿੰਦਾ ਕਿ ਇਸ ਆਫਿਸ ਨੂੰ ਕੌਣ ਚਲਾ ਰਹੇ ਆ, ਕਿਉਂਕਿ ਮੇਨ ਜਿਹੜਾ ਆਪਾਂ ਗੱਲ ਕਰੀਏ ਕਿਉਂਕਿ ਅੱਜ ਕੱਲ੍ਹ ਫਰੋਡ ਚੱਲਦਾ ਜਿਹੜੇ ਮੇਨ ਚੱਲਦੇ ਆ ਕਿਉਂਕਿ ਬੱਚੇ ਬਹੁਤ ਇੰਟੈਲੀਜੈਂਟ ਹੋ ਗਏ, ਸੋਸ਼ਲ ਮੀਡੀਆ ਚੱਲਦਾ ਹੈਗਾ ਗੂਗਲ 'ਤੇ ਫੇਸਬੁੱਕ 'ਤੇ ਸਾਰੇ 'ਤੇ, ਈਵਨ ਇਮੀਗ੍ਰੇਸ਼ਨ ਨੇ ਆਪਣੇ ਪੇਜ ਬਣਾਏ ਹੋਏ ਨੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਗੂਗਲ 'ਤੇ, ਉਹਨਾਂ ਦੀ ਓਫੀਸ਼ੀਅਲ ਸਾਈਟ ਦੇ ਉੱਤੇ ਸਾਰਾ ਕੁਛ ਹੁੰਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਬੱਚੇ ਨੂੰ ਕਿਤੇ ਹੋਰ ਜਾ ਕੇ ਚੈੱਕ ਕਰਨਾ ਚਾਹੀਦਾ, ਜੋ ਬੱਚੇ ਨੂੰ ਬੈਸਟ ਲੱਗਦਾ ਉਹਨੂੰ ਉੱਥੋਂ ਹੀ ਕਰਨਾ ਚਾਹੀਦਾ। ਸਰ ਇੱਕ ਆਮ ਜਿਹੜਾ ਬਿਜ਼ਨਸਮੈਨ ਆ ਅੱਜ ਕੱਲ੍ਹ ਦੀ ਬਹੁਤ ਬੁਰੀ ਹਾਲ ਹੈ ਬਿਜ਼ਨਸ ਦੀ, ਅਤੇ ਉਹ ਵੀ ਚਾਹ ਰਿਹਾ ਮੈਂ ਜਾਣਾ, ਸਪੋਜ਼ ਕਰੋ ਉਹਨੇ ਬੀ ਐੱਸ ਸੀ ਮੈਡੀਕਲ ਦੀ ਜਾਂ ਕੋਈ ਬੀ ਐੱਸ ਸੀ ਨੋਨ ਮੈਡੀਕਲ ਦੀ ਜਾਂ ਗ੍ਰੈਜੂਏਸ਼ਨ MS MA ਕਰਕੇ ਕਿਸੇ ਤਰ੍ਹਾਂ ਦੀ ਵੀ ਐਜੂਕੇਸ਼ਨ ਲੈ ਕੇ ਬੰਦਾ ਬੈਠਾ ਮਾਰਕੀਟ 'ਚ, ਉਹਨਾਂ ਦੀ ਸਪੀਕਿੰਗ ਹੈ ਅਤੇ ਕੀ ਉਹ ਵੀ ਮਤਲਬ ਇਸ ਤਰੀਕੇ ਦੇ ਨਾਲ ਕੋਈ ਆਪਣਾ ਅਪਰੋਚ ਕਰ ਸਕਦਾ ਚਾਹੇ ਉਹਦੀ ਏਜ ਜਿਹੜੀ 50-55 ਸਾਲ ਨੂੰ? ਨਹੀਂ ਜੀ, 50-55 ਲਈ ਤਾਂ ਥੋੜ੍ਹਾ ਟਫ ਹੈਗਾ ਸਟੂਡੈਂਟ ਵੀਜ਼ੇ ਲਈ, 50-55 ਹੋਵੇ ਤਾਂ ਪੇਰੈਂਟਸ ਦਾ ਮੈਂ ਤਾਂ ਜੀ ਸਾਰੇ ਬੱਚੇ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਝੂਠੇ ਜਿਹੜੇ ਏਜੰਟ ਹੈਗੇ ਨੇ ਜਿਹੜੇ ਫੇਕ ਕੰਮ ਕਰਦੇ ਨੇ ਉਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ, ਤੁਸੀਂ ਤੁਹਾਡੇ ਹੱਥ 'ਚ ਸਭ ਕੁਛ ਹੈਗਾ, ਤੁਸੀਂ ਗੂਗਲ ਸਰਚ ਕਰੋ, ਉਸ 'ਤੇ ਫੇਸਬੁੱਕ ਪੇਜ 'ਤੇ ਜਾ ਕੇ ਦੇਖੋ, ਉਸਦੇ ਰਿਵਿਊ ਦੇਖੋ, ਗੂਗਲ ਰਿਵਿਊ ਦੇਖੋ, ਉਹ ਮਾਰਕੀਟ 'ਚ ਕਿੱਦਾਂ ਦਾ ਕੰਮ ਕਰ ਰਹੇ ਆ, ਉਹਦੇ ਬਾਅਦ ਹੀ ਆਪਣਾ ਡਿਸੀਜਨ ਲਿਆ ਕਰੋ। ਸਰ ਅਸੀਂ ਤੁਹਾਡੇ ਨਾਲ ਬਣੇ ਰਹਾਂਗੇ ਕਿਉਂਕਿ ਤੁਸੀਂ ਐਕਚੁਅਲੀ ਕਿਤਾਬ ਹੋ, ਤੁਹਾਡੇ ਕੋਲ ਬੜਾ ਵੱਡਾ ਡਾਟਾ ਹੈਗਾ ਇਹਦੇ ਵਿੱਚ, ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ ਤੋਂ ਧੀਰੇ ਧੀਰੇ ਅਸੀਂ ਤੁਹਾਡੇ ਨਾਲ ਜੁੜਦੇ ਜਾਈਏ ਔਰ ਤੁਹਾਡੇ ਸਮਾਜ ਜਿਸ ਤਰੀਕੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਮੇਲ ਕੀਤਾ, ਤੁਹਾਡੀ ਅਵੇਅਰਨੈਸ ਦਰਸ਼ਕਾਂ ਨੂੰ ਦਿੰਦੇ ਰਹੀਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। IES ਓਵਰਸੀਜ਼ ਦੋਰਾਹਾ ਤੋਂ ਵਧੇਰੀ ਜਾਣਕਾਰੀ ਲੈਣ ਲਈ ਸੰਪਰਕ ਕਰੋ 9613000071 ਅਤੇ 9613000072।